चलन दे कम खिच के रख इन्हां नूं आई कुट जिन्हां ने तेरे ते विश्वास कीता मार दे इन्हां नूं किसानां नूं मार दे मजदूरां नूं मार दे पहला मजदूर डांगा नाल मारे पहला उन्हां दियां पग्गां लाईआं अज जिहड़े जीरे फैक्टरी शराब दे बंद कराउण नूं फिरदे आ अग ला दे इन्हां नूं क्योंकि इह तैनूं घाटा पाउंदे आ तैनूं फंड जिहड़ा आउंदा तेरी पार्टी नूं इह बंद कराउण नूं फिरदे आ तैनू कल्ला एक मल्होत्रा चंगा बाकी किसान तैवें आ नजारा आ गया मुख्यमंत्री से नजारा आ गया क्या बात आ आ धक्का मुक्की पुलिस वाले वीरो तुसी भी पंजाबी आ ओ ए भी पंजाबी आ ओ ए भी इस देश दे विच रहण वाले आ तुसी भी इस देश दे विच रहण वाले आ सानू कोई लोड़ नहीं चैना बॉर्डर वालियां दी खोल दो मार दे सानू ओ कम से कम सानू ओ मार देंगे सानू ऐ तो होगा सानू उन्होंने मारता ओ भाई साहब सानू बचाउण नू की दे तो फिरदे आ तुसी आर्मी ला दित्ती बॉर्डरां ते ओ भी साडे जांदे आ तुसी सानू बचा की तो रहे आ मैं पुछ रहा सरकारां नू की तो बचा रहे आ सानू ओ आ गा यार इत्थे आ माड़ा जा साडे पंजाब नू आपां की करती जे नौजवान इत्थे आ रहे खा यार कोई निकलदा बारे विचों इत्थे नौजवानी इत्थे आ गई चिट्टे दे नाल आई किसानी फल लैके इत्थे आई मजदूर दुखी होके इत्थे आए पंजाब वास्ते यही पक्की रह गई कि पंजाब नूं आ पट्ठियां पक्कियां रहणगियां शमशान घाट पक्कियां रहणगियां बल्ले बल्ले क्या बात करती यार मैं लोकां नूं कह देवां ओ हैलो जिहड़े आम आदमी पार्टी दे मगर तुरे फिरदे आ ਤੁਸੀਂ ਬਣ ਚੁੱਕੇ ਆ ਫਾਇਦੇ ਲੈਣ ਵਾਲੇ ਉਹੀ ਕੰਮ ਦੂਜੀਆਂ ਸਰਕਾਰਾਂ ਚ ਹੁੰਦਾ ਸੀ ਪਹਿਲਾਂ ਅਕਾਲੀਆਂ ਨੇ ਗਲਤ ਕੰਮ ਕਰਨੇ ਤੇ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਦੀ ਠਾਣੇ ਕਚਹਿਰੀਆਂ ਦੇ ਵਿੱਚ ਸੁਣਵਾਈ ਹੁੰਦੀ ਸੀ ਉਹ ਕਹਿੰਦੇ ਸੀ ਸੁਖਬੀਰ ਬਾਦਲ ਸਾਡਾ ਵੱਡਾ ਭਰਾ ਪ੍ਰਕਾਸ਼ ਸਿੰਘ ਬਾਦਲ ਸਾਡਾ ਬਾਪੂ ਆ ਉਹ ਤੁਹਾਡੇ ਬਾਪੂ ਨੇ ਤੁਹਾਡੇ ਭਰਾ ਨੇ ਪਹਿਲਾਂ ਬੇੜਾ ਕਰ ਕੀਤਾ ਪੰਜਾਬ ਦਾ ਇੱਥੇ ਆਈ ਜਵਾਨੀ ਫਿਰ ਕਿਹਦਾ ਬੇੜਾ ਕਰ ਕੀਤਾ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੇ ਬੇੜਾ ਕਰ ਕੀਤਾ ਤੁਹਾਡੇ ਥਾਣੇ ਕਚਹਿਰੀਆਂ 'ਚ ਕੰਮ ਹੁੰਦੇ ਸੀ ਹੁਣ ਬੇੜਾ ਕਰ ਕੌਣ ਕਰ ਰਿਹਾ ਭਗਵੰਤ ਮਾਨ ਉਹ ਜਿਹੜੇ ਅੱਜ ਆਮ ਪਾਰਟੀ ਦੇ ਨਾਲ ਜੁੜੇ ਫਿਰਦੇ ਆ ਤੁਹਾਡੇ ਦਾਦੇ ਕਿਸੇ ਟਾਈਮ ਤੇ ਕਾਂਗਰਸ ਦੇ ਨਾਲ ਜੁੜੇ ਹੁੰਦੇ ਸੀ ਜਦੋਂ ਕਾਂਗਰਸ ਦਾ ਬਾਟਾ ਮੰਝਿਆ ਗਿਆ ਫਿਰ ਤੁਹਾਡੇ ਪਿਓ ਅਕਾਲੀਆਂ ਦੇ ਨਾਲ ਹੁੰਦੇ ਸੀ ਜਦੋਂ ਅਕਾਲੀਆਂ ਦਾ ਵੀ ਤੁਹਾਡੇ ਬਾਪਾ ਨੇ ਤੁਹਾਡੇ ਪਿਓ ਦਾਦਿਆਂ ਨੇ ਬੇੜਾ ਗਰਕ ਕਰਤਾ ਅੱਜ ਤੁਸੀਂ ਆਮ ਪਾਰਟੀ ਦੇ ਨਾਲ ਜੁੜ ਗਏ ਆ ਕੱਲ ਨੂੰ ਤੁਸੀਂ ਬੀਜੇਪੀ ਦੇ ਨਾਲ ਜੁੜ ਜਾਣਾ ਪਰ ਪੰਜਾਬ ਦੇ ਜਿਹੜੇ ਹਸ਼ਰ ਰਹੇ ਜਿਹੜੇ ਚੱਲ ਰਹੇ ਆ ਇਹ ਚੱਲਦੇ ਰਹਿਣਗੇ ਝੋਲੀ ਮੈਂ ਟੱਡ ਕੇ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਅੱਜ ਜਿਹੜੇ ਉਹ ਜੀਰਾ ਫੈਕਟਰੀ ਦੇ ਨਾਲ ਧੱਕੇ ਮੁੱਕੀ ਹੋ ਰਹੇ ਆ ਕਿਸਾਨ ਤੁਹਾਨੂੰ ਪੁੱਛਦਾ ਅੱਜ ਮੈਂ ਤੁਸੀਂ ਭਗਵੰਤ ਮਾਨ ਦੇ ਝੰਡੇ ਚੱਕੇ ਤੁਸੀਂ ਕਿਹਾ ਇਹਦਾ ਤਾਰ ਦੂਗਾ ਜੱਟਾਂ ਨੂੰ ਐਂ ਕਰ ਦੂਗਾ ਤੁਸੀਂ ਨਾਲ ਜਿਹੜੇ ਗਰੀਬ ਤਬਕਾ ਸੀਗਾ ਉਹਨਾਂ ਨੂੰ ਸਮਝਾਇਆ ਨਹੀਂ ਉਹਨਾਂ ਨੂੰ ਕਹਿਤਾ ਆ ਜਾਓ ਜਿਹੜਾ ਕੁਛ ਲੈਣਾ ਲਓ ਦੂਜਿਆਂ ਤੋਂ ਪਰ ਵੋਟਾਂ ਪਾਓ ਝਾੜੂ ਨੂੰ ਇਹ ਤੁਸੀਂ ਵੀ ਇਸੇ ਲਾਇਕ ਸੀ ਤੁਸੀਂ ਇਸੇ ਲਾਇਕ ਸੀ ਤੁਸੀਂ ਜਿਹੜੇ ਗਰੀਬ ਤਬਕੇ ਆ ਪਿੰਡਾਂ ਦੇ ਵਿੱਚ ਯਾਦ ਰੱਖੋ ਮੈਂ ਸਾਰੇ ਮੈਂ ਕਿਸੇ ਜੱਟ ਦੀ ਬੁਰਾਈ ਨਹੀਂ ਕਰ ਰਿਹਾ ਮੈਂ ਕਿਸੇ ਮਜ਼ਹਬੀ ਨੂੰ ਸਲਾਹ ਨਹੀਂ ਰਿਹਾ ਮੈਂ ਕਿਸੇ ਹਿੰਦੂ ਨੂੰ ਨਿੰਦ ਨਹੀਂ ਰਿਹਾ ਮੈਂ ਕਿਸੇ ਸਿੱਖ ਈਸਾਈ ਦੀ ਸ਼ਲਾਘਾ ਨਹੀਂ ਕਰ ਰਿਹਾ ਮੈਂ ਇੱਥੇ ਗੱਲ ਕਹਿ ਰਿਹਾ ਜਿਹੜੇ ਪਿੰਡਾਂ ਦੇ ਵਿੱਚ ਤਗੜੇ ਘਰ ਬੈਠੇ ਆ ਆਪਦੇ ਕੰਮ ਕਰਾਉਣ ਵਾਸਤੇ ਪਾਰਟੀਆਂ ਦੇ ਨਾਲ ਖੜ ਜਾਂਦੇ ਆ ਤੁਸੀਂ ਉਹਨਾਂ ਲੋਕਾਂ ਨੂੰ ਤੁਹਾਨੂੰ ਪਤਾ ਨਾ ਤੁਸੀਂ ਕਿਵੇਂ ਉਹਨਾਂ ਨੂੰ ਮਗਰ ਲਾਉਂਦੇ ਆ ਆਪਦੇ ਤੁਸੀਂ ਮਗਰ ਲਾ ਕੇ ਤੁਸੀਂ ਮਗਰ ਲਾ ਕੇ ਉਹਨਾਂ ਨੂੰ ਵੋਟਾਂ ਪਵਾ ਲੈਂਦੇ ਆ ਪੁੱਤਰਾ ਕੰਮ ਤੈਨੂੰ ਸਾਡੇ ਤੱਕ ਪੈਣਾ ਅਸੀਂ ਤੇਰੇ ਨਾਲ ਖੜੇ ਆ ਅੱਗੋਂ ਕਹਿੰਦਾ ਚਾਚਾ ਜੀ ਗੱਲ ਹੀ ਕੋਈ ਨਹੀਂ ਤੁਹਾਡੇ ਮਗਰ ਲਾ ਕੇ ਵੋਟਾਂ ਪਾਉਂਦੇ ਰਹੇ ਆ 15-16 ਦਿਨ ਪਹਿਲਾਂ ਮਜ਼ਦੂਰਾਂ ਦੀਆਂ ਪੱਗਾਂ ਲਾ ਕੇ ਹਟੇ ਆ ਉਹ ਅੱਜ ਤੁਹਾਡੀਆਂ ਲਾ ਰਹੇ ਆ ਇਹ ਉਹੀ ਭਗਵੰਤ ਮਾਨ
ਜਿਹੜਾ ਬੀਜੇਪੀ ਨੂੰ ਆਂਦਾ ਸੀ ਕਿਸਾਨਾਂ ਕੀ ਬਾਤ ਕਰੇ ਉਹੀ ਹੈ ਵੀਰੇ। ਮੈਨੂੰ ਦੱਸ ਦੇ ਭਰਾ, ਮੈਨੂੰ ਮੈਂ ਬਹੁਤ ਭਾਵੁਕ ਹੋ ਜਾਂਦਾ। ਕਿਆ ਬਾਤ ਹੈ ਯਾਰ, ਇੱਕ ਸ਼ਰਾਬ ਫੈਕਟਰੀ ਲਾਉਣ ਵਾਸਤੇ ਭਗਵੰਤ ਸਿਆਂ ਇਹ ਕੰਮ ਹੋਣਗੇ ਇੱਥੇ? ਮੰਤਰੀ ਜੀ, ਭਗਵੰਤ ਮਾਨ ਜੀ, ਕਿੱਧਰ ਨੂੰ ਜਾਈਏ? ਤੁਹਾਨੂੰ ਲੋਕਾਂ ਨੇ ਪੰਜਾਬ ਦੀ ਜਵਾਨੀ, ਕਿਸਾਨੀ ਤੇ ਗਰੀਬੀ, ਅਮੀਰੀ ਲਿਆਉਣ ਵਾਸਤੇ, ਗਰੀਬੀ ਚੱਕਣ ਵਾਸਤੇ, ਕਿਸਾਨ ਨੂੰ ਬਚਾਉਣ ਵਾਸਤੇ, ਮਜ਼ਦੂਰ ਨੂੰ ਬਚਾਉਣ ਵਾਸਤੇ ਆ ਨੌਜਵਾਨ ਇੱਥੇ ਆ ਗਿਆ, ਇੱਥੇ ਆਇਆ ਨੌਜਵਾਨ। ਤੇ ਜਿਹੜੀ ਮਾਂ ਦਾ ਇਕੱਲਾ ਪੁੱਤ ਗਿਆ ਉਹ ਵੀ ਦੁੱਖਾਂ ਦੇ ਵਿੱਚ ਇੱਥੇ ਆਈ ਆ। ਮੈਂ ਤੈਨੂੰ ਕਹਿੰਦਾ ਭਰਾ, ਤੈਨੂੰ ਜਵਾਨੀ ਕਿਸਾਨੀ ਬਚਾਉਣ ਵਾਸਤੇ ਲਿਆਂਦਾ ਸੀ, ਨਾ ਕਿ ਸ਼ਰਾਬ ਦੀਆਂ ਫੈਕਟਰੀਆਂ ਪਿੱਛੇ ਲੋਕ ਕੁੱਟਣ ਵਾਸਤੇ। ਤੁਸੀਂ ਲੋਕ ਕੁੱਟੇ, ਮੇਰੇ ਅਰਗਾਂ ਦੇ ਪਰਚੇ ਪਵਾਏ। ਤੁਹਾਨੂੰ ਇਹ ਸੀ, ਇਹ ਗਰੀਬ ਵਿਅਕਤੀ ਆ, ਇਹ ਡਰ ਜੂਗਾ? ਮੈਂ ਨਹੀਂ ਡਰਨਾ ਵੀਰੇ, ਮੈਂ ਨਹੀਂ ਡਰਨਾ। ਯਾਦ ਰੱਖ ਵੀਰ, ਸਾਡੇ ਗਰੀਬਾਂ ਦੇ ਨਾਲ ਪਹਿਲਾਂ ਅਕਾਲੀ ਕਾਂਗਰਸੀਆਂ ਨੇ ਦਿਮਾਗੀ ਤੌਰ ਤੇ ਧੱਕੇ ਕੀਤੇ, ਕਿਸਾਨਾਂ ਦੇ ਨਾਲ ਧੱਕੇ ਕੀਤੇ। ਜਿਹੜੇ ਕਿਸਾਨ ਸੀ ਉਹਨਾਂ ਨੂੰ ਕਰਜ਼ੇ ਦਿੰਦੇ ਰਹੇ, ਉਹਨਾਂ ਦੀਆਂ ਫਸਲਾਂ ਦੇ ਰੇਟ ਨਹੀਂ ਦਿੱਤੇ, ਕਿਸਾਨਾਂ ਦਾ ਗਲ ਘੁੱਟ ਕੇ ਦਿਮਾਗੀ ਤੌਰ ਮਾਰਿਆ। ਜਿਹੜੇ ਅਕਾਲੀ ਕਾਂਗਰਸੀਆਂ ਵੇਲੇ ਕਿਸਾਨ ਫਾਂਸੀਆਂ ਲਾ ਕੇ ਆਪ ਮਰਿਆ, ਯਾਦ ਰੱਖੋ ਉਹਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪੈਣਾ। ਕਦੋਂ ਭੁਗਤਣਾ ਪੈਣਾ? ਉਹਨਾਂ ਮੁੱਖ ਮੰਤਰੀਆਂ ਨੂੰ, ਕਿਉਂਕਿ ਖੁਦ ਖੁਸ਼ੀ ਕਾਨੂੰਨਾਂ ਦੇ ਤੌਰ ਤੇ ਆਉਣੀਆਂ ਇੰਡੀਆ ਦੇ ਵਿੱਚ। ਜੱਜ ਕਹਿਣਗੇ ਖੁਦ ਖੁਸ਼ੀ ਆ, ਪਰ ਨਹੀਂ, ਉਹ ਸਭ ਤੋਂ ਉੱਤਲੇ ਲੈਵਲ ਦਾ ਭਗਵਾਨ ਪਰਮਾਤਮਾ ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਵਿਸ਼ਵਦੀਪ ਸਿਆ, ਇਹ ਪੰਜਾਬ ਦੇ ਲੋਕੋ, ਜਿਸ ਵਿਅਕਤੀ ਨੇ ਖੁਦ ਖੁਸ਼ੀ ਕੀਤੀ ਆ ਕਿਸੇ ਮੁੱਖ ਮੰਤਰੀ ਦਾ ਨਾਂ ਲੈ ਕੇ ਜਾਂ ਕਿਸੇ ਹੋਰ ਦਾ, ਉਹਦਾ ਮੈਂ ਹਿਸਾਬ ਕਿਤਾਬ ਲੈਣਾ। ਦੁਨੀਆਂ ਦੀ ਨਜ਼ਰ ਦੇ ਵਿੱਚ ਤਾਂ ਉਹ ਇੱਕ ਆਤਮ ਹੱਤਿਆ, ਪਰ ਮੇਰੀ ਨਿਗਾਹ ਦੇ ਵਿੱਚ ਉਹ ਪਰਮਾਤਮਾ ਕਹਿੰਦਾ। ਏਕਤਾ ਨੇ ਰਾਜ ਕੀਤਾ, ਅੰਗਰੇਜ਼ਾਂ ਨੇ ਕੀ ਚੱਕਿਆ? ਅੰਗਰੇਜ਼ਾਂ ਨੇ ਤੁਹਾਡੇ ਬੰਦੇ ਪੁਲਿਸ ਚਲਾਏ, ਭੁੱਖੇ ਮਾਰੇ, ਉਹਨਾਂ ਨੂੰ ਤਨਖਾਹਾਂ ਦਿੱਤੀਆਂ, ਤੁਹਾਡੇ ਹੀ ਭੈਣ ਭਰਾ ਕਟਵਾਏ ਉਹਨਾਂ ਤੋਂ। ਅੱਜ ਫਿਰ ਰਾਜੇ ਮਹਾਰਾਜੇ ਕੀ ਕਰਦੇ ਸੀ? ਕੱਲਾ ਇੱਕ ਰਾਜਾ ਸਾਰਾ ਪਰਜਾ ਦੇ ਭਾਰੀ ਪੈਂਦਾ ਸੀ, ਉਸੇ ਪਰਜਾ ਦੇ ਵਿੱਚੋਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਲਾ ਕੇ ਉਹਨਾਂ ਨੂੰ ਕੜੀਆਂ ਤੋਂ ਕੜੀਆਂ ਸਜ਼ਾ ਦਿੰਦਾ ਸੀ। ਜਿਉਂਦਿਆਂ ਨੂੰ ਕਹਿੰਦੇ, ਉਦੋਂ ਆਪਾਂ ਸੁਣਦੇ ਨਾ ਕਹਾਣੀਆਂ ਦੇ ਵਿੱਚ, ਐਵੇਂ ਫਾਂਸੀਆਂ ਲਾ ਦਿੰਦੇ ਸੀ। ਉਹ ਲਵਾਉਂਦੇ ਕੌਣ ਸੀ? ਕਦੇ ਵੀ ਰਾਜਾ, ਅੱਜ ਇਤਿਹਾਸ ਗਵਾਹ ਬੋਲੂਗਾ ਇਹ ਚੀਜ਼ ਦਾ, ਕੋਈ ਵੀ ਇਤਿਹਾਸ ਦੇ ਵਿੱਚ ਗੱਲ ਫਰੋਲ। ਮੈਂ ਉੱਚੀ ਇੱਥੇ ਤਾਂ ਬੋਲ ਰਿਹਾ ਕਿਉਂਕਿ ਬਾਬਾ ਪਾਠ ਪੜ੍ਹ ਰਿਹਾ, ਸ਼ਾਮ ਦਾ ਵੇਲਾ। ਮੈਂ ਕਹਿ ਰਿਹਾ ਤੁਸੀਂ ਇਤਿਹਾਸ ਫਰੋਲੋ, ਕਦੇ ਵੀ ਕਿਸੇ ਰਾਜੇ ਨੇ ਆਪਦੇ ਹੱਥੀ ਰੱਸੇ ਨਾਲ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਹੋਊਗੀ। ਯਾਦ ਰੱਖੋ, ਫਾਂਸੀ ਦੇਣ ਵਾਲੇ ਤੁਹਾਡੇ ਚੋਂ ਖਰੀਦੇ ਜਾਂਦੇ ਆ, ਵੀ ਆ ਤੇਰੀ ਇੰਨੀ ਤਨਖਾਹ, ਤੂੰ ਰੱਸਾ ਖਿੱਚਣਾ। ਫਾਂਸੀ ਕਿਹਨਾਂ ਨੇ ਲਾਈ? ਤੁਹਾਡੇ ਹੀ ਭੈਣ ਭਾਈਆਂ ਨੇ, ਤੁਹਾਡੇ ਭੈਣ ਭਾਈਆਂ ਨੂੰ ਫਾਂਸੀ ਲਾਈ ਪੁਰਾਣੇ ਸਮਿਆਂ ਦੇ ਵਿੱਚ। ਅੱਜ ਕੀ ਹੋ ਰਿਹਾ? ਮੈਂ ਜਿਹੜਾ ਕੋਈ ਮਜ਼ਹਬੀ ਸਿੱਖ, ਰਾਜ ਸਿੱਖ, ਜੱਟ ਸਿੱਖ, ਮਹਾਜਨ, ਹਿੰਦੂ, ਮੁਸਲਿਮ, ਸਿੱਖ, ਈਸਾਈ ਕੋਈ ਪੁਲਿਸ ਦੇ ਵਿੱਚ ਆ, ਤੁਹਾਡੇ ਹੀ ਭੈਣ ਭਾਈ ਤੁਹਾਡੇ ਹੱਥੋਂ ਕਟਵਾ ਰਹੇ ਆ। ਵਾਹ, ਕਿਆ ਬਾਤ ਆ! ਚਿੱਟਾ ਇਸ ਪੰਜਾਬ ਦੇ ਵਿੱਚ ਸ਼ਰੇਆਮ ਵੇਖ ਰਿਹਾ। ਤੁਸੀਂ ਉਹਨੂੰ ਬੰਦ ਨਹੀਂ ਕਰ ਸਕਦੇ ਮੁੱਖ ਮੰਤਰੀ ਜੀ, ਤੁਸੀਂ ਉਹਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਕੀ ਕਹਿੰਦੇ ਆ, ਮੇਰੇ ਕੋਲ ਗਿੱਦੜ ਸਿੰਘੀ ਨਹੀਂ ਹੈਗੀ। ਪਰ ਸ਼ਰਾਬ ਫੈਕਟਰੀ ਤੁਸੀਂ ਚਲਾ ਰਹੇ ਆ, ਤੁਸੀਂ ਇੱਥੇ ਲੋਕ ਕਟਵਾ ਰਹੇ ਆ, ਮੈਨੂੰ ਅੱਜ ਤੁਸੀਂ ਇਹ ਗੱਲ ਦਾ ਜਵਾਬ ਦਿਓ, ਇਹ ਗਿੱਦੜ ਸਿੰਘੀ ਕਿੱਥੋਂ ਆ ਗਈ ਕੁੱਟਣ ਵਾਲੀ, ਇੰਨੀ ਪੁਲਿਸ ਇਕੱਠੀ ਕਰਨ ਵਾਲੀ? ਚਿੱਟੇ ਦੇ ਨਾਲ ਨੌਜਵਾਨ ਕਿੱਥੇ ਆਏ? ਇੱਥੇ ਆਏ। ਕਿਸਾਨ ਦੁਖੀ ਹੋ ਕੇ ਖੁਦ ਖੁਸ਼ੀ ਕਰਕੇ ਕਿੱਥੇ ਆਇਆ? ਇੱਥੇ ਆਇਆ। ਜਿਹੜੀ ਮਾਂ ਦੁਖੀ ਹੋ ਗਈ ਆਪਦੇ ਪੁੱਤ ਤੋਂ, ਓਏ ਉਹਦਾ ਪੁੱਤ ਕੱਲਾ ਕੱਲਾ ਨਸ਼ੇ ਦੀ ਬਲੀ ਚੜ ਗਿਆ, ਉਹ ਦੁਖੀ ਹੋ ਕੇ ਦੁੱਖਾਂ ਦੇ ਵਿੱਚ ਕਿੱਥੇ ਆਈ? ਇੱਥੇ। ਜਿਹਦਾ ਪਿਓ, ਜਿਹੜਾ ਪਿਓ ਪਿਓ ਕਹਿੰਦਾ ਹਾਏ ਰੱਬਾ, ਕੱਲਾ ਕੱਲਾ ਪੁੱਤ ਸੀ, ਨਾ ਤੇਰਾ ਕੀ ਵਿਗਾੜਿਆ ਸੀ ਮੇਰੇ ਪੁੱਤ ਨੇ? ਰੱਬ ਕਹਿੰਦਾ ਬੇਵਕੂਫ ਬਾਪ, ਰੱਬ ਕਹਿ ਰਿਹਾ ਉਸ ਬਾਪ ਨੂੰ, ਸੁਣੋ, ਉਹ ਕਹਿੰਦਾ ਹੈ ਬੇਵਕੂਫ ਬਾਪ, ਮੈਂ ਤੇਰੇ ਬੱਚੇ ਦੀ ਜਾਨ ਨਹੀਂ ਲਈ,
तेरे बच्चे दी जान लैण वाली तेरी बनाई हुई सरकार है, मेरे दे विच कोई दोष नहीं। ओ बाप नूं नहीं पता, उत्ते जाके जो सवाल होणगे गल्लां याद होणगियां, याद रखो। फिर बाप रोंदा कहिंदा हाय रब्बा, चार धीआं सी, पुत कल्ला कल्ला लिया सी, गया चिट्टे च, गया चिट्टे तो जान तो बाद दोने जी किथे आए इत्थे। फिर किहनू बनाया मुख्यमंत्री? भगवंत मान नू। भगवंत मान सिया लोहक कटवा, क्योंकि लोग तेरे ते धीजे आ। मैं सुनदा हुना केंदे बाबा नानक कह के गए सी, केंदे मरू कौन? केंदे मरू वो जेड़ा किसे ते धिज गया। ते पंजाब दे लोको घ्यो खाना स्टार्ट कर दो, पंजाब दे लोको दुध खुराकां खानियां स्टार्ट कर दो। तुहाडे ते लाठी चार्ज हुंदे सी, हो रहे आ, हुंदे रहणगे। जां तां तुसी आवाज चकनी बंद कर दो। जे तुसी लाठी चार्ज तो बचना चाहुंदे आ तां जातां पातां छड्ड दिओ, मजहबी सिख राय सिख आपदे दिमाग दे विचों गल कर दिओ। एससी होवे, बीसी होवे, जनरल होवे, जेड़ा कोई एमएलए बनदे लायक है ओनू बनाओ। नहीं तो उन्होंने कह भाई साहब साड़ी तुहानू सत श्री अकाल। अपने ये मैच गल कर लगे साडे भाईचारियां दी, पंजाबियां दी। बीजेपी आलियां ने थोनू रज के कुटिया, नजारे नाल कुटिया, बड़ा कुटिया तुहानू, बड़ा ज्यादा इन्ना कुटिया। तुहाडे कल्ले कल्ले पोतो ते शहीद हो गए। की हो गए? शहीद हो गए। उत्थे जिन्ना मावां दे पुत शहीद होए सी उन्हां नू जाके पुछो। ते तुसी तुहाडे चो कई बंदे की आ के बीजेपी दे हार पवा ले, तुहाडी औकात बना दित्ती उन्हां ने। ये मतलब आपां चीजां भुल जाने आ, आपां बाले भावुक जे हो जाने वी चलो छड्ड मना, जिहड़ी गल हो गई हो गई। हुण कई लोग मैनू कहणगे तू इत्थे रौला पा रहा, जीरे क्यों नहीं जांदा? सुन लो वी गल, इधर ध्यान मारो, इधर गल कहण वाले इधर इधर चाक। मैनू कई बंदे कहिंदे आ तू कम कार करिया कर, मेरियां रोटियां तुहाडे घरों नहीं आउंदियां। मैं भावें गरीब हाँ, मेरियां रोटियां मेरे घरे पकदियां, तुहाडे अर्गे नहीं इत्थे मैनू पका के दिंदे। फिर दूसरी गल, जेहड़े लोग कहिंदे आ तू वेला वेला, मैं कि तू आ वेख के वीडियो तू कमेंट करी जाना 15-16 मिनट, तू मेरी आ जिहड़ी कुत्त पकाई सुनी, तेरे वास्ते तां कुत्त पकाई है ना, तू सुनी, बाद दे विच तू मैनू कमेंट कीता तू वेला वेला। मैं कि तू आ कम धंधा बोली तू कर, मैनू कोई लोड़ नहीं, तू कम कर, मैं तो करदे फिरदा। फिर जेड़े लोग कहणगे तू जीरे नहीं जांदा, मैं जीरे गया सी, मैं उत्थे मौका लिया, मैनू कहिंदे 1 मिंट दित्ता इहनू। मैं क्या है मना है परमात्मा भी 5 मिंट बाद तां मेरा इंजन ही स्टार्ट हुंदा, मैं मिंट च उत्थे की कर लूंगा, मैनू तां समझ नहीं आउंदी। पर मैं जांदा तां भी जेकर मेरी भी उत्थे सुनवाई होवे, क्योंकि गल इह आ वी साडे विच जाता पाता, साडे विच बुलारे, साडे विच वेख्या जांदा बंदा किन्ना क मशहूर आ। मेरे अर्गे नूं कुत्ता नहीं पुछदा, मेरे अर्गे उस जा की कर लूगा। भावें लोग इन्हां गल्लां दा मेरियां दा मजाक डाउन, पर मैनूं कोई दिक्कत नहीं, पछताउणा किने? तुसां। मेरियां तां सारियां ही पार्टियां दे विच तगड़े तगड़े लीडर बेली मित्र बन जांदे आ। मेरा कम नहीं रुकदा कोई, याद रखो जे। मेरा की है, मैं जिहड़ी मर्जी पार्टी च जांदा रहां, पर मेरा हले मन नहीं मानता। मैं कहना नहीं यार, लोग पहला सुधर जान, पर लोग नहीं सुधरनगे। लोग लोगों के मगर लगने वाले हो गए, लोग लोगों नूं वराउण लग गए कि जेकर वो एमएलए बन गया मेरे काम होणगे, मैं इन्हां चार गरीब बंदियां नूं बोतलां दे के वरा के वोटां पवा दिंदा। अज तुहाडे ते भारी पै रहे आ। हुण 2027 दे वेले जेड़े लोग अज डांगा खा रहे आ, यही लोग अज कल्ले भगवंत मान दा कसूर नहीं गा। ये सुनो गल, भगवंत मान दे वेले ए फैक्टरी नहीं लगी, लगी किन्ना दे वेले? अकाली कांग्रेसियां दे वेले। तां तुसी उन्हां दा विरोध भी दब के करो, याद रखो। कल्ले भगवंत मान नूं, भगवंत मान नूं केजरीवाल दा हुक्म हुंदा, याद रखो। ते केजरीवाल नूं हुक्म हुंदा फंड दा, फंड दा, फंड फंड फंड, मैंने पैसा
फंड मैंने इलेक्शन च पैसा, फंड मैंने पार्टी की मदद, फंड मैंने गिफ्ट, फंड मैंने बड़ा कुछ, फंड मैंने लोगों की कोई परवाह नहीं, फंड मैंने साढ़े वास्ते कला तू है, बाकी मर्दी मर जा सानू कोई दिक्कत नहीं, फंड मैंने शराब जिनी मर्जी बेच सानू पैसा दे, फंड मैंने सुनी चलो फंड दे मतलब, फंड मैंने ये किन्ने लोग का धरने वाले 500 आज तू कला ही साढ़े वास्ते है असी देखो जो बंदे की पावर मैं ताड़ी मार दो बंदे वास्ते लगभग 2500-3000 पुलिस वाला उस कले व्यक्ति वास्ते लाया गया। फंड का मतलब यह हुंदा, यह हुंदी है पैसे की पावर, याद रखो तुहाडी पावर की है, लोको तुसी गाला ना कढ़ दिए मैंने तुहाडी पावर आ ये तुहाडे वास्ते रखी है, जो मर्जी आ सकदे आ इत्थे, याद रख लो तुहाडी कोई सुनवाई नहीं, थाने कचहरियां च जाओ तां इत्थे आओ, तुसी होस्पिटलां च जाओ सरकारी होस्पिटलां च इत्थे आओ, मेरी भी इन्होंने भैन मार देनी सी जे मैं कितने प्राइवेट ना जाता, पर बेफिक्र हो मैं बेशक दी भला करजाई हो गया, पर मेरी छोटी भैन बच गई 15-16 साल की सी, नहीं तो इन्होंने पक्की गल मार के धर देनी सी कुड़ी, ये याद रखो तुहाडे कल्ले मुख्यमंत्री ने तुहाडे विचों कोई बन जाता तुसी ये मतलब यही काम करने से, खैर मैं तुहाडे नाल सिर्फ इकाई करदा यार की मैनू तो समझ नहीं आती की तुसी ना तो अज समझो ना तुसी कल समझो, एक मैं गल मका के फतेह बुला दिना, तुसी एक गल कहने हुंदे आ कि लोक नहीं सुधरदे विश्व दी फाजिलका लोक नहीं सुधरदे, मैं अज थोनू कहना तुसी पागलखाने गए हैं, होस्पिटल गए हैं, जेल च किसी नाल मुलाकात करने वास्ते गए हैं, जे तुसी पागलखाने जाके उत्थे पागल नहीं हो सके, जे तुसी होस्पिटल किसी का पता लैन गए उत्थे जाके मरीज नहीं बन सके, जेकर तुसी मुलाकात ते गए हैं जेल दे विच तुसी जाके उत्थे कैदी नहीं बन सकते, ते फिर मैं भाई साहब तुहाडे पिछे तुसी तो नहीं समझते, मैं बेसमझा कातों आवां, पागल मैं नहीं आप हो, याद रखो तुसी पार्टियां नूं प्यार करन वाले लोक आ, हालांकि तुसी कहने आ मां पार्टी, मां ओह हुंदी आ जिहड़ी 100 बंदे दे बस च बैठी आपदी इज्जत नंगी करके 100 बंदे दे विच आपदे बच्चे नूं दुध पिआउंदी आ, ओह हुंदी आ मां, की हुंदी आ मां, दिल चो चीक निकलदी आ मां कहिंदे आ, तुसी कहिंदे आ मां, बापू कहिंदा यारी 100 नाल सरदारी पिआउ नाल इह हुंदा बापू, याद रखो। किसी ने मैनूं पुछिआ कहिंदा पार्टी दे कहिंदा वी चाचे च ते प्यो च की फर्क हुंदा, मैं आख्या जिहड़ा चाचा हुंदा ओह इक हीरा हुंदा, की हुंदा हीरा, याद रखो, ते कहिंदा प्यो मैं आख्या ओह सोना हुंदा, की हुंदा सोना, कहिंदा अच्छा, कहिंदा यार बड़ी अफसोस वाली गल आ तू आपदे बाप नूं सोना कहा ते होर किसे चाचे ताए नूं कहता तू हीरा, मैं आख्या चाचा इक वारी टुट जाए ਉਹ ਜੁੜ ਨਹੀਂ ਸਕਦਾ, ਤੇ ਜਿਹੜਾ ਬਾਪ ਆ ਉਹ ਸੋਨਾ ਉਹਨੂੰ ਗਲਤ ਫਲਤ ਬੋਲ ਕੇ ਵੀ ਓਏ ਉਹ ਸੋਨੇ ਤਰ੍ਹਾਂ ਪਿਘਲ ਕੇ ਤੁਹਾਡੇ ਵਰਗਾ ਉਹ ਹੋ ਜਾਂਦਾ, ਇਹ ਹੁੰਦਾ ਬਾਪੂ। ਬਾਦਲ ਤੁਹਾਡਾ ਬਾਪੂ ਨਹੀਂ ਬਣ ਸਕਦਾ, ਭਾਵੇਂ ਬਾਪੂ ਜਿੰਨਾ ਮਰਜ਼ੀ ਕਹ ਲਓ ਉਹ ਬਾਪੂ ਸੁਖਬੀਰ ਦਾ ਹੀ ਰਹੂਗਾ, ਯਾਦ ਰੱਖੋ। ਤੁਸੀਂ ਚਾਚਾ ਭਗਵੰਤ ਮਾਨ ਨੂੰ ਜਿੰਨਾ ਮਰਜ਼ੀ ਕਹ ਲਓ ਉਹ ਕਦੇ ਵੀ ਨਹੀਂ ਬਣ ਸਕਦਾ, ਤੁਹਾਡਾ ਬਾਪੂ ਤੁਹਾਡਾ ਰਹੂਗਾ, ਕਿਸੇ ਹੋਰ ਦਾ ਨਹੀਂ ਬਣ ਸਕਦਾ, ਯਾਦ ਰੱਖੋ। ਥਾਣੇ ਜਾਓ ਇੱਧਰ ਆਓ, ਹੋਸਪਿਟਲ ਸਰਕਾਰੀ ਜਾਓ ਤੁਹਾਡਾ ਬੱਚਾ ਫੁੱਲ ਵਟਾ ਫੁੱਲ ਬਿਮਾਰ ਆ, ਇੱਧਰ ਆਓ, ਯਾਦ ਰੱਖੋ ਤੁਹਾਡੀ ਸੁਣਵਾਈ ਨਹੀਂ ਹੋਊਗੀ। ਫਿਰ ਯਾਦ ਰੱਖ ਲਓ ਤੁਸੀਂ ਇਹਨਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਦਿਮਾਗ ਦੀ ਸੋਚੋ, ਤੁਹਾਡਾ ਕੋਈ ਵੀ ਨਹੀਂ ਸਵਾਰੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।